ਡਾਕਟਰ ਗੁਰਮੀ ਦੇ ਕਲੀਨਿਕ 'ਚ ਗਈ ਸੀਗੀ, ਮੇਰੇ ਜਾੜਾਂ ਖਰਾਬ ਸੀਗੀਆਂ, ਉਹਦੇ ਕਰਕੇ ਮੇਰਾ ਟ੍ਰੀਟਮੈਂਟ ਚੱਲਦਾ ਸੀ ਇੱਕ ਵੀਕ ਤੋਂ। ਮਤਲਬ ਫਾਈਨਲ ਡੇ ਸੀਗਾ ਕਿ ਉਹ ਭਰਾਉਣੀ ਸੀਗੀ ਜਾੜਾਂ। ਉਹਨੇ ਬਸ ਪਤਾ ਨਹੀਂ ਕੀ ਅਣਗਹਿਲੀ ਕੀਤੀ ਹੈ, ਸੂਈ ਇਹਦੇ ਮੂੰਹ 'ਚ ਛੱਡਤੀ, ਮੂੰਹ ਦੇ ਵਿੱਚੋਂ ਪੇਟ 'ਚ ਚਲੀ ਗਈ। ਇਹਨੂੰ ਕਹਿੰਦੀ ਪਈ ਰਹਿ ਹਜੇ, ਜਦ ਸੂਈ ਜਾ ਕੇ ਚੁਬੀ ਦਰਦ ਹੋਇਆ ਤਾਂ ਕੁੜੀ ਉੱਠ ਕੇ ਖੜੀ ਹੋ ਗਈ। ਪਹਿਲਾਂ ਉਹਨਾਂ ਨੇ ਸੂਈਆਂ ਪਾ ਲਈਆਂ ਵਿੱਚ, ਫਿਰ ਉਹ ਜਦੋਂ ਐਵੇਂ ਮੂੰਹ ਉੱਪਰ ਕਰਕੇ ਵਾਈਟ ਉਹ ਕੱਢਣ ਲੱਗੇ, ਜਿਹੜਾ ਕੱਚਾ ਭਰਿਆ ਹੋਇਆ ਸੀਗਾ ਵੀ ਪੱਖੀਆਂ ਭਰਨ ਵਾਸਤੇ, ਉਹ ਨਾ ਮੇਰੇ ਮੂੰਹ 'ਚ ਗਿਰ ਗਿਆ, ਮੇਰਾ ਸਾਹ ਰੁੱਕ ਗਿਆ। ਮੈਂ ਜੀ ਟੈਂਪੂ ਚਲਾਉਣਾ, ਮੇਰੀ ਬੇਟੀ ਪੜ੍ਹਦੀ ਸੀ ਪਹਿਲਾਂ ਤਾਂ, ਬੀਏ ਕੀਤੀ ਹੋਈ ਹੈ ਜੀ, ਬਾਕੀ ਆਈਲੈਟਸ ਕੀਤੀ ਹੈ ਐਤਕੀ ਗਰਮੀਆਂ 'ਚ। ਉਸ ਤੋਂ ਬਾਅਦ ਜਦੋਂ ਦਰਦ ਹੋਇਆ ਮੇਰੇ ਚੁੱਭ ਗਿਆ, ਫਿਰ ਮੈਂ ਖੜੀ ਹੋ ਗਈ, ਤਾਂ ਉਹ ਕਹਿੰਦੇ ਕਿ ਇੱਕ ਵਾਰੀ ਉਹ ਕਰ ਲੈ ਵੀ ਮੈਂ ਬਾਹਰ ਹੀ ਕੱਢ ਕੀ ਹੋ ਜੂਗਾ, ਪਰ ਉਹ ਨਿਕਲੀ ਨਹੀਂ ਹੈਗੀ। ਉਹਨਾਂ ਨੇ ਉਹ ਵਾਈਟ ਜਦ ਤੱਕ ਕੱਢ ਹੋ ਗਿਆ, ਪਰ ਸੂਈ ਅੰਦਰ ਲੰਘ ਗਈ ਮੇਰੀ। ਉਦੋਂ ਬਾਅਦ 'ਚ ਉਹ ਸੂਈ ਵਗ ਗਈ ਇਹਦੇ ਅੰਦਰ, ਜਦੋਂ ਸੂਈ ਵਗ ਗਈ ਫਿਰ ਅਸੀਂ ਬੋਲੇ ਹੋ ਗਏ, ਪਤਾ ਹੀ ਨਹੀਂ ਲੱਗਿਆ ਵੀ ਕੀ ਹੋਇਆ ਕੀ ਨਾ ਹੋਇਆ। ਉਹ ਡਾਕਟਰ ਗੁਰਮੀ ਦੇ ਕਲੀਨਿਕ 'ਚ ਗਈ ਸੀਗੀ, ਮੇਰੇ ਜਾੜਾਂ ਖਰਾਬ ਸੀਗੀਆਂ, ਉਹਦੇ ਕਰਕੇ ਮੇਰਾ ਟ੍ਰੀਟਮੈਂਟ ਚੱਲਦਾ ਸੀ ਇੱਕ ਵੀਕ ਤੋਂ। ਮਤਲਬ ਫਾਈਨਲ ਡੇ ਸੀਗਾ ਕਿ ਉਹ ਭਰਾਉਣੀ ਸੀਗੀ ਜਾੜਾਂ, ਤਾਂ ਕਰਕੇ ਫਿਰ ਉਹਨਾਂ ਨੇ ਨਾ ਮੇਰੇ ਮੂੰਹ 'ਚ ਉਹ ਭਰਿਆ ਹੋਇਆ ਸੀ ਕੱਚਾ, ਤਾਂ ਉਹ ਜਦੋਂ ਕੱਢਣ ਲੱਗੇ, ਮਤਲਬ ਕੈਪ ਚੜਾਉਣ ਵਾਸਤੇ ਗਈ ਸੀ ਮੈਂ ਸੰਡੇ ਨੂੰ ਸਵੇਰੇ, ਉਹ ਪਹਿਲਾਂ ਉਹਨਾਂ ਨੇ ਸੂਈਆਂ ਪਾ ਲਈਆਂ ਵਿੱਚ, ਫਿਰ ਉਹ ਜਦੋਂ ਐਵੇਂ ਮੂੰਹ ਉੱਪਰ ਕਰਕੇ ਵਾਈਟ ਉਹ ਕੱਢਣ ਲੱਗੇ, ਜਿਹੜਾ ਕੱਚਾ ਭਰਿਆ ਹੋਇਆ ਸੀਗਾ ਵੀ ਪੱਖੀਆਂ ਭਰਨ ਵਾਸਤੇ, ਉਹ ਨਾ ਮੇਰੇ ਮੂੰਹ 'ਚ ਗਿਰ ਗਿਆ, ਮੇਰਾ ਸਾਹ ਰੁੱਕ ਗਿਆ, ਤਾਂ ਉਹ ਚੁਭ ਰਿਹਾ ਸੀਗਾ ਇੰਨਾ ਹਲਕੇ 'ਚ। ਮਤਲਬ ਮੈਂ ਉਹਨੂੰ ਐਵੇਂ ਹੱਥ ਵੀ ਮਾਰੇ ਕਿ ਉਹ ਬਾਹਰ ਕੱਢ ਦਿਉ ਤੁਸੀਂ, ਸੂਈਆਂ ਅੱਗੇ ਲਾ ਰੱਖਿਆ ਸੀ, ਉਹ ਕਹਿੰਦੀ ਨਹੀਂ ਪੈ ਜਾ, ਪਰ ਫਿਰ ਮੈਂ ਪੈ ਗਈ। ਮਤਲਬ ਉਹ ਸੂਈ ਐਵੇਂ ਡਿੱਗ ਗਈ ਮੇਰੇ ਅੰਦਰ। ਉਸ ਤੋਂ ਬਾਅਦ ਜਦੋਂ ਦਰਦ ਹੋਇਆ ਮੇਰੇ ਚੁਭ ਗਿਆ, ਫਿਰ ਮੈਂ ਖੜੀ ਹੋ ਗਈ, ਤਾਂ ਉਹ ਕਹਿੰਦੇ ਕਿ ਇੱਕ ਵਾਰੀ ਉਹ ਕਰ ਲੈ ਵੀ ਮੈਂ ਬਾਹਰ ਹੀ ਕੱਢ ਕੀ ਹੋ ਜੂਗਾ, ਪਰ ਉਹ ਨਿਕਲੀ ਨਹੀਂ ਹੈਗੀ। ਉਹਨਾਂ ਨੇ ਉਹ ਵਾਈਟ ਜਦ ਤੱਕ ਹੋ ਗਿਆ, ਪਰ ਸੂਈ ਅੰਦਰ ਲੰਘ ਗਈ ਮੇਰੇ। ਹਾਂ ਜੀ, ਕਿਉਂਕਿ ਮੈਂ ਨਾ ਬਹੁਤ ਵਾਰ ਕਹਿਤਾ ਸੀ ਉਹਨਾਂ ਨੂੰ ਕਿ ਮੈਨੂੰ ਦਰਦ ਹੋ ਰਿਹਾ ਵੀ ਮੇਰੇ ਬਾਹਰੇ ਕੱਢ ਦਿਉ, ਮੈਂ ਹੱਥ ਪੈਰ ਵੀ ਮਾਰੇ ਸੀਗੇ, ਪਰ ਉਹਨੂੰ ਕਹਿੰਦੇ ਕਿ ਕੁਛ ਨਹੀਂ ਹੁੰਦਾ, ਪੈ ਜਾ ਵੀ ਬਾਹਰ 'ਚ ਉਹ ਹੋ ਜੂਗਾ, ਆਪਣੇ ਆਪ ਸਹੀ ਹੋ ਜੂਗਾ, ਵੀ ਲੰਘ ਜਾਂਦੀ ਹੁੰਦੀ ਹੈ ਅੰਦਰ। ਅਸੀਂ ਪਹਿਲਾਂ ਤਾਂ ਹੀ ਉਰੇ ਇੱਥੋਂ ਕਰਵਾਏ ਉਹਨਾਂ ਨੇ ਐਕਸਰੇ, ਅਤੇ ਉਸ ਤੋਂ ਬਾਅਦ ਫਿਰ ਡਾਕਟਰ ਪ੍ਰਭਾਤ ਕੋਲ ਗਏ ਸੀਗੇ, ਫਿਰ ਉਹਨਾਂ ਨੇ ਪਟਿਆਲੇ ਭੇਜਤਾ, ਫਿਰ ਪਟਿਆਲਿਆਂ ਤੋਂ ਉਹਨਾਂ ਨੇ ਕਿਹਾ ਤਾ ਕਿ PGI ਜਾਓ, ਵੀ ਇੱਥੇ ਇਲਾਜ ਨਹੀਂ ਆਉਣਾ ਇਹਦਾ। PGI ਵਾਲੇ ਕਹਿੰਦੇ ਜੀ ਮੰਡੇ ਨੂੰ ਦੱਸਾਂਗੇ ਫਾਈਨਲ ਵੀ ਕਿਵੇਂ ਹੋਊਗਾ। ਘਰ ਉਹਨਾਂ ਨੇ ਐਂ ਕਿਹਾ ਵੀ ਸੋਮਵਾਰ ਤੱਕ ਤੁਹਾਨੂੰ ਵੇਟ ਹੀ ਕਰਨੀ ਪਊਗੀ। ਹਾਂ ਜੀ, ਸਾਰੇ ਸਰੀਰ 'ਚ ਦਰਦ ਹੁੰਦੇ ਮੇਰੇ, ਕਿਉਂ ਇੱਕ ਤਾਂ ਐਵੇਂ ਇੰਜੈਕਸ਼ਨ ਲੱਗਣ ਕਰਕੇ ਹੋ ਗਿਆ, ਜ਼ਿਆਦਾ ਸਾਰੀ ਰਾਤ ਬੋਤਲਾਂ ਲੱਗਦੇ ਸੀ, ਪਾਈਪ ਵੀ ਪਾਈਆਂ ਸੀ ਉਹਨਾਂ ਨੇ ਪਾਈਪਾਂ ਕਰਕੇ। ਉਹ ਪੇਟ ਤੋਂ ਥੋੜ੍ਹਾ ਨੀਚੇ ਆਈ ਇੱਕ ਉਹਦੇ 'ਚ। ਸੋਹਣ ਸਿੰਘ ਆ ਜੀ ਮੇਰਾ ਨਾਮ। ਸੋਹਣ ਸਿੰਘ, ਤੁਹਾਡੀ ਬੇਟੀ ਨਾਲ ਕੀ ਹੋਇਆ, ਤੁਸੀਂ ਕੀ ਕੰਮ ਕਰਦੇ? ਮੈਂ ਜੀ ਟੈਂਪੂ ਚਲਾਉਣਾ, ਅਤੇ ਮੇਰੀ ਬੇਟੀ ਪੜ੍ਹਦੀ ਸੀ ਪਹਿਲਾਂ ਤਾਂ, BA ਕੀਤੀ ਹੋਈ ਹੈ ਜੀ, ਬਾਕੀ ਆਈਲੈਟਸ ਕੀਤੀ ਹੈ ਐਤਕੀ ਗਰਮੀਆਂ 'ਚ, ਹੁਣ ਇਹ ਪ੍ਰਾਈਵੇਟ ਜੋਬ 'ਤੇ ਲੱਗੀ ਹੋਈ ਹੈ ਆਯੁਰਵੈਦਿਕ ਕੰਪਨੀ ਵਾਲਿਆਂ ਦੇ, ਅਤੇ ਇਹਦੇ ਜਾੜ ਨੂੰ ਕੀੜਾ ਲੱਗ ਗਿਆ ਜੀ। ਜਾੜਾਂ ਦੀ ਟ੍ਰੀਟਮੈਂਟ ਕਰਾਉਣ ਵਾਸਤੇ ਇਹ ਜਪਨੀਤ ਕੌਰ ਖੁਰਮੀ ਡਾਕਟਰ ਹੈ ਜਿਹੜੀ, ਇਹਦੇ ਨਾਲ ਗੱਲ ਕੀਤੀ ਹੈ, ਕਹਿੰਦੀ ਵੀ 5000 ਲਊ ਮੈਂ ਦੋਨਾਂ ਜਾੜਾਂ ਦਾ, ਅਤੇ ਅਸੀਂ ਆਖਿਆ ਵੀ 5 ਲੈ ਲਈ ਤੂੰ, ਇਹਨਾਂ ਨੂੰ ਠੀਕ ਕਰ ਦੇ। ਚੱਲ ਇਹ ਚਲੀ ਗਈ ਉੱਥੇ, ਦੋਵੇਂ ਭੈਣ ਭਾਈ ਮੁੰਡਾ ਵੱਗ ਗਿਆ, ਗੁੱਡੀ ਵੱਗ ਗਈ। ਉਹਨੇ ਬਸ ਪਤਾ ਨਹੀਂ ਕੀ ਅਣਗਹਿਲੀ ਕੀਤੀ ਹੈ, ਸੂਈ ਇਹਦੇ ਮੂੰਹ 'ਚ ਛੱਡਤੀ, ਮੂੰਹ ਦੇ ਵਿੱਚੋਂ ਪੇਟ 'ਚ ਚਲੀ ਗਈ। ਇਹਨੂੰ ਕਹਿੰਦੀ ਪਈ ਰਹਿ ਹਜੇ, ਜਦ ਸੂਈ ਜਾ ਕੇ ਚੁਬੀ ਦਰਦ ਹੋਇਆ ਤਾਂ ਕੁੜੀ ਉੱਠ ਕੇ ਖੜੀ ਹੋ ਗਈ। ਤਾਂ ਜਦੋਂ ਉਹਨੂੰ ਦੱਸਿਆ ਵੀ ਇਹ ਸੂਈ ਅੰਦਰ ਵੱਗੀ, ਹੁਣ ਇਹਦਾ ਇਲਾਜ, ਕਹਿੰਦੀ ਮੇਰੇ ਕੋਲ ਤਾਂ ਕੋਈ ਇਲਾਜ ਨਹੀਂ, ਵੀ ਤੁਸੀਂ ਆਖਰ ਤੁਹਾਡਾ ਮਤ ਕਰਨ ਦਾ ਸਾਡੀ ਫਰਜ਼ ਬਣਦਾ, ਸਾਡੇ ਕੋਲ ਤਾਂ ਪੈਸੇ ਨਹੀਂ, ਗਰੀਬ ਬੰਦੇ ਹਾਂ ਅਸੀਂ। ਕਹਿੰਦੀ ਇਹਨੂੰ ਲੈ ਜਾਓ, ਵੀ ਕਿੱਥੇ ਲੈ ਜਾਈਏ, ਕਹਿੰਦੀ ਜਿੱਥੇ ਮਰਜ਼ੀ ਲੈ ਜਾਓ, ਪਟਿਆਲੇ ਲੈ ਜਾਓ, ਵੀ ਅਸੀਂ ਤੁਹਾਡਾ ਹੈਲਪ ਕਰਨ ਦਾ ਤਾਂ ਹੱਕ ਬਣਦਾ। ਕਹਿੰਦੀ ਮੈਂ ਕੋਈ ਹੈਲਪ ਨਹੀਂ ਕਰ ਸਕਦੀ ਤੁਹਾਡੀ ਇਸ। ਅਸੀਂ ਜੀ ਪਟਿਆਲੇ ਲੈ ਗਏ,
ਪਟਿਆਲੇ ਵਾਲਿਆਂ ਨੂੰ ਜਦੋਂ ਦਿਖਾਇਆ ਡਾਕਟਰਾਂ ਨੂੰ, ਉਹ ਕਹਿੰਦੇ ਵੀ ਸਾਡੇ ਕੋਲ ਇਹਦੇ ਕੋਈ ਇਲਾਜ ਨਹੀਂ ਹੈਗਾ, ਤੁਸੀਂ PGI ਚੰਡੀਗੜ੍ਹ ਲੈ ਜਾਓ। ਹੁਣ ਜੀ PGI ਚੰਡੀਗੜ੍ਹ ਦੇ ਵਿੱਚ ਹੁਣ ਸਾਡੇ ਕੋਲ ਖਰਚਾ ਵੀ ਹੈ ਨਹੀਂ ਗਾ ਲਾਉਣ ਨੂੰ ਇਲਾਜ 'ਤੇ, ਇਸ ਕਰਕੇ ਹੁਣ ਉੱਥੇ ਟ੍ਰੀਟਮੈਂਟ ਚੱਲ ਰਹੀ ਹੈ ਇਲਾਜ ਦੀ। ਹੁਣ ਉੱਥੇ ਰਾਤ ਗੁੜੀਆ ਨੂੰ ਘਰ ਭੇਜਤਾ ਵੀ ਭਾਈ ਸੋਮਵਾਰ ਤੱਕ ਵੇਟ ਕਰਨੀ ਪਊ, ਸਾਨੂੰ ਵੀ ਅਜੇ ਪਤਾ ਨਹੀਂ ਲੱਗ ਰਿਹਾ, ਪੂਰਾ ਕਨਫਰਮ ਨਹੀਂ ਹੋ ਰਿਹਾ ਵੀ ਸੂਈ ਹੈ ਕਿੱਥੇ ਇਸ ਟਾਈਮ। ਇਹ ਗੁੜੀਆ ਦੇ ਦਰਦ ਕਰ ਰਹੀ ਹੈ ਸਾਰੇ ਸਰੀਰ ਦੇ ਵਿੱਚ, ਵੀ ਇਸ ਕਰਕੇ ਹੁਣ ਸਾਡਾ ਕੋਈ ਚਾਰਾ ਨਹੀਂ ਚੱਲ ਰਿਹਾ ਵੀ ਅਸੀਂ ਕੀ ਕਰੀਏ। ਗਰੀਬ ਬੰਦਿਆਂ ਸਾਡੇ ਕੋਲ PGI ਦੇ ਵਿੱਚ ਲਾਉਣ ਨੂੰ ਪੈਸੇ ਹੈ ਨਹੀਂ ਗੇ ਜੀ, ਸਾਡੀ ਬੇਟੀ ਮੰਜੇ 'ਚ ਪੈ ਗਈ। ਅਸੀਂ ਤਾਂ ਕਹਿੰਦੇ ਹਾਂ ਵੀ ਬਣਦਾ ਇਨਸਾਫ ਕੀਤਾ ਜਾਵੇ, ਡਾਕਟਰ 'ਤੇ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਮੇਰੀ ਬੇਟੀ ਰਮਨਦੀਪ ਕੌਰ। ਤੁਹਾਡਾ ਕੀ ਨਾਮ ਹੈ ਜੀ? ਮਨਜੀਤ ਕੌਰ। ਮਨਜੀਤ ਕੌਰ ਜੀ, ਕੀ ਹੋ ਰਿਹਾ ਤੁਹਾਡੀ ਬੇਟੀ ਨਾਲ? ਸਰ ਉਹ ਦੰਦਾਂ ਦਾ ਟ੍ਰੀਟਮੈਂਟ ਕਰਾਉਣ ਵਾਸਤੇ ਗੁੜੀਆ ਉੱਥੇ ਗਈ ਸੀ ਹਸਪਤਾਲ 'ਚ, ਡੈਂਟਲ ਹਸਪਤਾਲ 'ਚ। ਉਸ ਤੋਂ ਬਾਅਦ 'ਚ ਜਦੋਂ ਚੱਲਦਾ ਸੀ ਹਲੇ ਇਹਦਾ ਇਲਾਜ, ਉਦੋਂ ਬਾਅਦ 'ਚ ਉਹ ਸੂਈ ਵੱਗ ਗਈ ਇਹਦੇ ਅੰਦਰ। ਜਦੋਂ ਸੂਈ ਵੱਗ ਗਈ ਫਿਰ ਅਸੀਂ ਬੋਲੇ ਹੋ ਗਏ, ਪਤਾ ਹੀ ਨਹੀਂ ਲੱਗਿਆ ਵੀ ਕੀ ਹੋਇਆ ਕੀ ਨਾ ਹੋਇਆ। ਫਿਰ ਇਹਨੂੰ ਕਿਹਾ ਮੈਂ ਡਾਕਟਰ ਨੂੰ ਵੀ ਸਾਨੂੰ ਪਤਾ ਨਹੀਂ, ਅਸੀਂ ਸਾਡੇ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ ਵੀ ਅਸੀਂ ਕੀ ਕਰੀਏ। ਇਹਨੇ ਕੁਛ ਵੀ ਨਹੀਂ ਕਿਹਾ ਜੀ, ਬਸ ਅਸੀਂ ਫਿਰ ਐਤਵਾਰ 2 ਵਜੇ ਦੀ ਗੱਲ ਸੀ, 3 ਵਜੇ ਦੀ ਗੱਲ ਸੀ। ਸਰ ਇਹਦੇ ਸਾਰੇ ਦਰਦ ਹੁੰਦਾ ਸਾਰੇ ਸਰੀਰ 'ਚ, ਹੁਣ ਡਾਕਟਰਾਂ ਨੇ ਕਹਿਤਾ ਵੀ ਸੋਮਵਾਰ ਤੱਕ ਵੇਟ ਕਰੋ। ਫਿਰ ਕਿੰਨਾ ਪੜ੍ਹੀ ਹੋਈ ਹੈ ਕੁੜੀ ਤੁਹਾਡੀ, ਕੀ ਕਰ ਰਹੀ ਹੈ? BA ਕੀਤੀ ਹੋਈ ਹੈ ਜੀ, ਆਈਲੈਟਸ ਕਰਦੀ ਹੈ। ਉਹਨਾਂ ਦੇ ਕੋਲ ਕੋਈ 20-22 ਸਾਲ ਦੀ ਲੜਕੀ ਦਾਖਲ ਸੀ, ਕੋਈ ਉਹਨਾਂ ਨੇ ਟ੍ਰੀਟਮੈਂਟ ਲੈ ਰਹੇ ਸੀ ਆਪਣੇ ਦੰਦਾਂ ਬਾਰੇ, ਅਤੇ ਉਹਨਾਂ ਦੀ ਕੋਈ ਸੂਈ ਉਹਦੇ ਅੰਦਰ ਚਲੀ ਗਈ ਸੀ। ਇਹ ਸਾਡੇ ਕੋਲ ਸ਼ਿਕਾਇਤ ਆਈ ਆ ਅਤੇ ਅਸੀਂ ਉਹਦਾ ਬੋਰਡ ਬਣਾ ਦਿੱਤਾ ਸਿਵਲ ਹਸਪਤਾਲ ਦੇ 3 ਡਾਕਟਰਾਂ ਦਾ, ਅਤੇ ਉਹਨਾਂ ਨੂੰ ਕਹਿ ਦਿੱਤਾ ਵੀ ਸਾਨੂੰ 7 ਦਿਨਾਂ ਦੇ ਵਿੱਚ ਇਹਦੀ ਇਨਕੁਆਇਰੀ ਕਰਕੇ ਇਹਦੀ ਰਿਪੋਰਟ ਸਾਨੂੰ ਸਬਮਿਟ ਕਰਨ। ਕਿਹੜੇ ਕਿਹੜੇ ਡਾਕਟਰਾਂ ਦੀ? ਡਾਕਟਰ ਤੋਂ ਦੰਦਾਂ ਵਾਲੇ ਆ, ਇੱਕ ਸਰਜਨ ਹੈ। ਮੈਡਮ ਨੇਹਾ ਸ਼ਰਮਾ, ਹਰ ਸਮੱਸਿਆ ਦਾ ਸਮਾਧਾਨ 2 ਘੰਟਿਆਂ 'ਚ ਘਰ ਬੈਠੇ ਕਰਵਾਓ। ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਾਉਣਾ ਜਾਂ ਤੁੜਵਾਉਣਾ, ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਣਬਣ, ਗੁਪਤ ਰੋਗ, ਲਾਟਰੀ ਨੰਬਰ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਿਆ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗਾਂ ਤੋਂ ਪਰੇਸ਼ਾਨ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਮੈਡਮ ਨੇਹਾ ਸ਼ਰਮਾ, ਅੱਜ ਹੀ ਫੋਨ ਕਰੋ 9815705366।